ਅਕਾਲ ਪੰਜਾਬ ਭਾਰਤ ਦੇ ਕੈਨੇਡਾ ਦੀਆਂ ਇੰਗਲਿਸ਼ ਹਿੰਦੀ ਪੰਜਾਬੀ ਅਤੇ ਗੁਜਰਾਤੀ ਦੀਆਂ ਖਬਰਾਂ ਦੇ ਇੱਕਮਾਤਰ ਪੋਰਟਲ ਇੰਡੀਅਨ ਟਾਈਮਸ ਡੇਲੀ .com ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਵਿੱਚ ਤੁਹਾਨੂੰ ਸਥਾਪਿਤ ਕਾਰੋਬਾਰਾਂ ਅਤੇ ਸਾਧਨਾਂ ਦੀ ਜਾਣਕਾਰੀ ਵੀ ਮਿਲੇਗੀ। ਮੇਰਾ ਨਾਮ ਰਜਨੀ ਕੌਰ ਹੈ ਅਤੇ ਅੱਜ ਦੀਆਂ ਮੁੱਖ ਖਬਰਾਂ ਨੇ। ਪੰਜਾਬ ਵਿੱਚ ਦਿੱਲੀ NCR ਵਿੱਚ ਹਵਾ ਦੀ ਗੁਣਵੱਤਾ ਗੰਭੀਰ ਅਤੇ ਅਦਾਲਤ ਨੇ ਜੁਨੇਦ ਖਾਨ ਮਾਮਲੇ ਵਿੱਚ ਮੁਕੱਦਮੇ ਦੀ ਕਾਰਵਾਈ ਸਥਗਿਤ ਕਰ ਦਿੱਤੀ ਹੈ। ਭਾਰਤ ਵਿੱਚ ਸੁਪਰੀਮ ਕੋਰਟ ਅਯੋਧਿਆ ਮੁਕੱਦਮੇ ਦੀ ਸੁਣਵਾਈ 8 ਫਰਵਰੀ ਤੋਂ ਸ਼ੁਰੂ ਕਰੇਗਾ ਅਤੇ ਚੱਕਰਵਾਤ ਓਖੀ ਤੋਂ ਮਹਾਰਾਸ਼ਟਰ ਵਿੱਚ ਹੋਈ ਭਰਮਾਰ ਬਾਰਿਸ਼। ਕੈਨੇਡਾ ਵਿੱਚ ਚੀਨ ਕੈਨੇਡਾ ਦੇ ਕੋਲ ਪਾਵਰ ਗਠਬੰਧਨ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ ਅਤੇ ਬ੍ਰਿਟਿਸ਼ ਕੋਲੰਬੀਆ ਨੇ ਮੈਰੂਆਨਾ ਖਰੀਦਣੇ ਅਤੇ ਇਸਤੇਮਾਲ ਕਰਨ ਦੇ ਲਈ ਨਿਊਨਤਮ ਉਮਰ 19 ਸਾਲ ਨਿਰਧਾਰਿਤ ਕੀਤੀ ਹੈ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਪੰਜਾਬ ਭਾਰਤ ਅਤੇ ਕੈਨੇਡਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ।